ਸਤਨਾਮ ਜੀ, ਕਿਵੇਂ ਵੇਖਦੇ ਹੋ ਜਿਹੜਾ ਕਿ ਅਪੋਰਚੁਨਿਟੀ ਮਿਲੀ ਤੁਹਾਨੂੰ ਇਹ ਯੂਥ ਫੈਸਟੀਵਲ ਆਪਣੇ ਯੂਨੀਵਰਸਿਟੀ ਦੇ ਵਿੱਚ ਕਰਾਉਣ ਦੀ? ਇਹ ਜੀ ਜਿਹੜੀ ਪਹਿਲਕਦਮੀ ਸਰਕਾਰ ਨੇ ਕੀਤੀ ਹੈ, ਪਹਿਲੀ ਵਾਰੀ ਇਤਿਹਾਸ 'ਚ ਹੋਇਆ ਹੈਗਾ, ਬਹੁਤ ਵਿਲੱਖਣ ਉਪਰਾਲਾ ਹੈਗਾ, ਔਰ ਮੈਂ ਇਹਦੇ ਬੜੇ ਪ੍ਰਭਾਵ ਜਿਹੜੇ ਨੇ ਅੱਛੇ ਦੇਖ ਰਿਹਾ ਬੱਚਿਆਂ ਦੇ ਵਿੱਚ, ਕਿਉਂਕਿ ਬੱਚੇ ਬਹੁਤ ਇੱਕ ਅੱਛੀ ਮੋਟੀਵੇਸ਼ਨ ਲੈ ਕੇ ਗਏ ਨੇ, ਔਰ ਇਹ ਸਮੇਂ ਦੀ ਜ਼ਰੂਰਤ ਸੀ ਇਸ ਕਰਕੇ ਕਿਉਂਕਿ ਬਹੁਤ ਇੱਕ ਨਿਰਾਸ਼ਾਵਾਦੀ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਕੁਝ ਰਾਜਨੀਤਿਕ ਕਾਰਨਾਂ ਕਰਕੇ, ਕੁਝ ਸਾਡੇ ਸੋਸ਼ਲ ਮੀਡੀਆ ਕਰਕੇ ਬਣਿਆ ਹੋਇਆ ਸੀ, ਔਰ ਯੂਥ ਸਾਡਾ ਨਿਰਾਸ਼ ਹੋ ਕੇ ਬਾਹਰਲੇ ਦੇਸ਼ਾਂ ਵੱਲ ਜਾ ਰਿਹਾ ਹੈਗਾ, ਹਰ ਰੋਜ਼ ਚਰਚਾ ਹੁੰਦੀ ਹੈ। ਲੇਕਿਨ ਇਹਦੇ ਵਾਸਤੇ ਕੋਈ ਠੋਸ ਉਪਰਾਲਾ ਅਗਰ ਹੋਇਆ ਤਾਂ ਉਹ ਪਹਿਲੀ ਵਾਰੀ ਇਸ ਯੁਵਕ ਮੇਲੇ ਰਾਹੀਂ ਹੋਇਆ, ਜਿੱਥੇ ਹਰ ਤਰ੍ਹਾਂ ਦਾ ਜੋ ਵੀ ਸੁਪਨਾ ਹੈ ਯੂਥ ਦਾ, ਜੋ ਵੀ ਨੌਜਵਾਨ ਕਰਨਾ ਚਾਹੁੰਦੇ ਜ਼ਿੰਦਗੀ ਵਿੱਚ, ਉਹਦੇ ਮੁਤਾਬਿਕ ਹੀ ਕੀਤਾ ਗਿਆ। ਇੱਕ ਮਹਿਜ ਇੱਕ ਕਲਚਰਲ ਪ੍ਰੋਗਰਾਮ ਨਹੀਂ ਸੀ, ਇਸ ਦੇ ਵਿੱਚ ਕਰੀਅਰ ਰਿਲੇਟਡ ਗੱਲਾਂ ਸੀਗੀਆਂ, ਇਸ ਦੇ ਵਿੱਚ ਜਿਹੜੇ ਬੱਚੇ ਗਵਰਨਮੈਂਟ ਵਿੱਚ ਆਫਿਸਰ ਬਣਨਾ ਚਾਹੁੰਦੇ ਉਹਦੇ ਸੰਬੰਧੀ ਸੀ, ਜਿਹੜੇ ਬੱਚੇ ਆਪਣੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਉਹਦੇ ਸੰਬੰਧੀ ਸੀ, ਔਰ ਜਿਹੜੇ ਬੱਚੇ ਈਵਨ ਵਿਦੇਸ਼ ਵੀ ਜਾਣਾ ਚਾਹੁੰਦੇ ਆ ਉਹਦੇ ਬਾਰੇ ਵੀ ਸੀ। ਔਰ ਇਸ ਤੋਂ ਵੀ ਇਲਾਵਾ ਜਿਹੜੀ ਸਭ ਤੋਂ ਖਾਸ ਗੱਲ ਇਹ ਸੀ ਕਿ ਜਿੰਨਾ ਆਈਡੀਆਜ਼ ਨੂੰ ਬੱਚੇ ਦੇਖ ਕੇ ਫੋਲੋ ਕਰਦੇ ਨੇ, ਉਹ ਸਾਰੇ ਲੈ ਕੇ ਉਹਨਾਂ ਨਾਲ ਉਹਨਾਂ ਦੀ ਇੰਟਰੈਕਸ਼ਨ ਕਰਾਈ ਗਈ, ਉਹਨਾਂ ਨੇ ਬੱਚਿਆਂ ਦੇ ਰੂਬਰੂ ਹੋ ਕੇ ਆਪਦੀ ਜ਼ਿੰਦਗੀ ਦੇ ਵਿੱਚ ਕਿਵੇਂ ਸਕਸੈਸ ਹਾਸਿਲ ਕੀਤੀ। ਔਰ ਸਭ ਤੋਂ ਜਿਹੜੀ ਰੀਅਲ ਮੋਟੀਵੇਸ਼ਨ ਸੀ ਨਾ, ਉਹ ਸੀਗੀ ਕਿ ਜਦੋਂ ਲਾਈਵ ਇੰਟਰੈਕਸ਼ਨ ਹੋਈਆਂ ਉਹਨਾਂ ਦੀਆਂ ਬੱਚਿਆਂ ਦੇ ਨਾਲ, ਜਿਹੜੇ ਸਫਲ ਕਾਰੋਬਾਰੀ ਸੀ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ, ਆਰਮੀ ਦੇ ਆਫਿਸਰਸ ਨੇ ਆ ਕੇ ਆਰਮੀ ਬਾਰੇ ਦੱਸਿਆ, ਤਾਂ ਇਸ ਦੇ ਵਿੱਚ ਬਹੁਤ ਸਾਰੀਆਂ ਹਰ ਪੱਖ ਸੀਗਾ ਜਿਹੜਾ ਇਸ ਦੇ ਵਿੱਚ ਜਿਹਦਾ ਤਵੱਜੋ ਦਿੱਤੀ ਗਈ, ਜਿਹਦਾ ਧਿਆਨ ਰੱਖਿਆ ਗਿਆ। ਸੋਨ ਸਾਹਿਬ, ਲੱਗਦਾ ਕਿ ਜਿਹੜਾ ਇਹ ਉਪਰਾਲਾ ਕੀਤਾ ਗਿਆ ਉਹਦੇ ਥਰੂ, ਉਹਦੇ ਰਾਹੀਂ ਜਿਹੜਾ ਕਿ ਬ੍ਰੇਨ ਡਰੇਨ, ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇਸ ਵਕਤ ਚੱਲ ਰਹੀ ਹੈ ਕਿ ਟੈਲੈਂਟ ਪੰਜਾਬ ਦਾ ਵਿਦੇਸ਼ ਚਲਾ ਜਾਂਦਾ ਜ਼ਿਆਦਾਤਰ, ਅਤੇ ਉਸ ਦੇ ਉੱਤੇ ਵੀ ਥੋੜ੍ਹਾ ਕੰਟਰੋਲ ਪਾਇਆ ਜਾਏਗਾ ਕਿ ਜੇ ਯੂਥ ਨੂੰ ਲੱਗੂਗਾ ਕਿ ਇੰਡੀਆ ਵਿੱਚ ਵੀ ਉਹਨਾਂ ਦੇ ਕੋਲ, ਪੰਜਾਬ ਵਿੱਚ ਵੀ ਉਹਨਾਂ ਦੇ ਕੋਲ ਓਪਰਚੁਨਿਟੀਜ਼ ਹੈਗੀਆਂ, ਤਾਂ ਕਿਹਾ ਜਾ ਸਕਦਾ ਕਿ ਜ਼ਰੂਰ ਇੰਡੀਆ ਦਾ ਟੈਲੈਂਟ, ਇੰਡੀਆ ਦੇ ਕੰਮ, ਪੰਜਾਬ ਦਾ ਟੈਲੈਂਟ ਜ਼ਰੂਰ ਕੰਮ ਆਊਗਾ ਪੰਜਾਬ? ਮੇਰੇ ਖਿਆਲ ਇਹ ਬਹੁਤ ਹੀ ਢੁਕਵਾਂ ਤੁਹਾਡਾ ਸਵਾਲ ਹੈਗਾ, ਔਰ ਇਹ ਸਮੇਂ ਦੀ ਜ਼ਰੂਰਤ ਸੀ। ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਬੇਸਿਕ ਪਰਪਜ਼ ਇਹ ਸੀ ਕਿ ਨੌਜਵਾਨਾਂ ਨੂੰ ਇੱਥੇ ਉਹਨਾਂ ਦਾ ਕੌਨਫੀਡੈਂਸ ਬਿਲਡ ਕੀਤਾ ਜਾਵੇ, ਜਿਹੜਾ ਇੱਥੋਂ ਬ੍ਰੇਨ ਡਰੇਨ ਬਾਹਰ ਹੋ ਰਿਹਾ ਉਹ ਨਾ ਹੋਵੇ। ਹੁਣ ਵੀ ਦੇਖੋਗੇ ਕਿ ਸਾਡੇ ਹਿੰਦੁਸਤਾਨ ਦੇ ਜਿਹੜੇ ਨੌਜਵਾਨ ਹੈਗੇ ਨੇ, ਉਹ ਦੇਸ਼ ਦੀਆਂ, ਖਾਸ ਕਰਕੇ ਅਮਰੀਕਾ ਦੀਆਂ ਟੌਪ ਕੰਪਨੀਆਂ ਦੇ ਵਿੱਚ ਸੀਓ ਨੇ, ਉਹ ਚਲਾ ਰਹੇ ਆ। ਅਗਰ ਉਹ ਟੈਲੈਂਟ ਅਸੀਂ ਰਿਟੇਨ ਕਰੀਏ, ਉਹ ਕੰਪਨੀਆਂ ਇੱਥੇ ਹੋਣ, ਇੱਥੇ ਕੰਮ ਕਰਨ, ਤਾਂ ਸਾਡਾ ਦੇਸ਼ ਵੀ, ਸਾਡੀ ਆਰਥਿਕਤਾ ਵੀ ਸੁਧਰ ਸਕਦੀ ਹੈ। ਤਾਂ ਅਸੀਂ ਸਾਡੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਪੂਰਾ ਯੂਥ ਫੈਸਟੀਵਲ ਔਰਗਨਾਈਜ਼ ਕੀਤਾ ਗਿਆ ਅਤੇ ਕੀ ਕੁਛ ਇਹਦੇ ਫਾਇਦੇ ਹੋਣਗੇ, ਕਿਉਂਕਿ ਗੱਲ ਕੀਤੀ ਜਾਵੇ ਅੱਜ ਕੱਲ੍ਹ ਦੇ ਸਿਚੁਏਸ਼ਨ ਦੀ, ਤਾਂ ਪੰਜਾਬ ਦੇ ਵਿੱਚ ਬ੍ਰੇਨ ਡਰੇਨ ਦੀ ਸਿਚੁਏਸ਼ਨ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਕਿ ਟੈਲੈਂਟ ਪੰਜਾਬ ਦਾ ਬਾਹਰ ਜਾ ਕੇ ਕੰਮ ਕਰਦਾ। ਵੱਡੀ ਵੱਡੀ ਜਿੰਨੀ ਕੰਪਨੀਜ਼ ਨੇ ਉਹਨਾਂ ਦੇ ਵਿੱਚ ਵੱਡੀ ਪੋਜੀਸ਼ਨਸ 'ਤੇ ਬਾਹਰਲੀ ਕੰਟਰੀਜ਼ ਦੇ ਵਿੱਚ ਇੰਡੀਅਨਸ ਬੈਠੇ ਹੋਏ ਨੇ, ਅਤੇ ਉਸ ਚੀਜ਼ ਦੇ ਉੱਤੇ ਵੀ ਕੰਟਰੋਲ ਪਾਇਆ ਜਾ ਸਕਦਾ ਕਿ ਇੰਡੀਅਨਸ ਦੇ ਟੈਲੈਂਟ ਨੂੰ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰ ਜਿਹੜਾ ਕਿ ਹੈ ਉਹ ਸ਼ਾਇਦ ਯੂਥ ਫੈਸਟੀਵਲਸ ਦੇ ਰਾਹੀਂ ਇਹੋ ਜਿਹੇ ਉਪਰਾਲਿਆਂ ਰਾਹੀਂ ਜਿਹੜਾ ਕਿ ਯੂਜ਼ ਕੀਤਾ ਜਾ ਸਕਦਾ। ਕੈਮਰਾਮੈਨ ਰਾਜੇਸ਼ ਦੇ ਨਾਲ ਅਨਮੋਲ ਸਿੰਘ ਗੁਲਾਟੀ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ